ਸਬਸਕ੍ਰਾਈਬ ਕਰੋ ਦਿਵਿਆ ਪੰਜਾਬ ਟੀਵੀ ਅਤੇ ਬੈਲ ਆਈਕਨ ਨੂੰ ਪ੍ਰੈਸ ਕਰੋ ਨਵੀਆਂ ਅਤੇ ਤਾਜ਼ੀਆਂ ਖਬਰਾਂ। ਪੂਰੇ ਭਾਰਤ ਦੇ ਵਿੱਚ ਕੋਰੋਨਾ ਵਾਇਰਸ ਦਾ ਕਹਿਰ ਜਿਹੜਾ ਜਾਰੀ ਹੈ, ਜਿਸ ਤੋਂ ਬਾਅਦ ਜਿਹੜਾ ਪ੍ਰਧਾਨ ਮੰਤਰੀ ਦੇ ਵੱਲੋਂ ਵਾਰ ਵਾਰ ਜਿਹੜਾ ਦੇਸ਼ ਨੂੰ ਸੰਬੋਧਨ ਕੀਤਾ ਜਾ ਰਿਹਾ ਤੇ ਕਿਤੇ ਨਾ ਕਿਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਵੀ ਵਾਰ ਵਾਰ ਸੰਬੋਧਨ ਕੀਤਾ ਜਾ ਰਿਹਾ ਤੇ ਜਿਸ ਨੂੰ ਲੈ ਕੇ ਸਿਹਤ ਵਿਭਾਗ, ਪੁਲਿਸ ਕਰਮਚਾਰੀ ਅਤੇ ਹੋਰ ਵੀ ਸਿਵਲ ਪ੍ਰਸ਼ਾਸਨ ਦਾ ਸਾਰੇ ਹੀ ਲੀਡਰ, ਪ੍ਰਧਾਨ ਮੰਤਰੀ ਜਾਂ ਫਿਰ ਮੁੱਖ ਮੰਤਰੀ ਦੀ ਗੱਲ ਕਰੀਏ ਤਾਂ ਉਹੀ ਜਿਹੜਾ ਉਹਨਾਂ ਦਾ ਹੀ ਜਿਹੜਾ ਧੰਨਵਾਦ ਕਰਦੇ ਦਿਖਾਈ ਦਿੰਦੇ ਨੇ, ਪਰ ਪੱਤਰਕਾਰਾਂ ਦਾ ਧੰਨਵਾਦ ਕਿਸੇ ਵੱਲੋਂ ਵੀ ਨਹੀਂ ਕੀਤਾ ਜਾਂਦਾ। ਕਿਤੇ ਨਾ ਕਿਤੇ ਪੱਤਰਕਾਰ ਵੀ ਜਿਹੜੇ ਆਪਣੀਆਂ ਜਾਨਾਂ ਹਥੇਲੀ ਦੇ ਉੱਤੇ ਰੱਖ ਕੇ ਲੋਕਾਂ ਦੇ ਲਈ ਕਵਰੇਜ ਕਰਦੇ ਨੇ। ਅੱਜ ਡੇਰਾ ਬਾਬਾ ਨਾਨਕ ਦੇ ਵਿੱਚ ਜਿਹੜੇ ਪੱਤਰਕਾਰ ਭਾਈਚਾਰਾ ਇਕੱਠਾ ਹੋ ਕੇ ਉਹਨਾਂ ਦੇ ਵੱਲੋਂ ਮੀਟਿੰਗ ਕੀਤੀ ਗਈ ਹੈ। ਸਾਡੇ ਨਾਲ ਡੇਰਾ ਬਾਬਾ ਨਾਨਕ ਦੇ ਕੁਝ ਪੱਤਰਕਾਰ ਨੇ, ਉਹਨਾਂ ਨਾਲ ਗੱਲਬਾਤ ਕਰ ਲੈਂਦੇ ਹਾਂ। ਹਾਂਜੀ, ਕੀ ਨਾਮ ਤੁਹਾਡਾ ਤੇ ਕਿਹੜੀ ਅਖਬਾਰ ਦੇ ਤੁਸੀਂ ਪੱਤਰਕਾਰ ਹੋ ਤੇ ਕੀ ਮਸਲਾ ਹੈ? ਮੈਂ ਸਤਪਾਲ ਜਖਮੀ ਜੀ, ਪੰਜਾਬੀ ਜਾਗਰਣ ਦਾ ਪੱਤਰਕਾਰ ਹਾਂ ਜੀ। ਮਸਲਾ ਇਹ ਹੈ ਜੀ, ਕਰੋਨਾ ਵਾਇਰਸ ਦਾ ਕਹਿਰ ਜਿਹੜਾ ਵਾ ਸਾਰੇ ਹਿੰਦੁਸਤਾਨ ਵਿੱਚ, ਸਾਰੀ ਦੁਨੀਆ ਵਿੱਚ ਚੱਲ ਰਿਹਾ ਅਤੇ ਹਿੰਦੁਸਤਾਨ ਵਿੱਚ ਵੀ ਕਾਫੀ ਕੇਸ ਇਹਦੇ ਸਾਹਮਣੇ ਆ ਗਏ ਨੇ ਅਤੇ ਕੁਝ ਮੌਤਾਂ ਵੀ ਹੋਈਆਂ ਨੇ। ਇਸ ਦੇ ਰੋਕਥਾਮ ਵਾਸਤੇ ਸਿਆਸਤ ਡਿਪਾਰਟਮੈਂਟ, ਪੁਲਿਸ ਡਿਪਾਰਟਮੈਂਟ, ਸਿਵਲ ਪ੍ਰਸ਼ਾਸਨ ਅਤੇ ਪੱਤਰਕਾਰ ਭਾਈਚਾਰਾ ਵੀ ਕਾਫੀ ਰੋਲ ਅਦਾ ਕਰ ਰਿਹਾ। ਪਰ ਬੜੇ ਦੁੱਖ ਦੀ ਗੱਲ ਹੈ, ਜਦੋਂ ਅੱਜ ਸਾਡੇ ਪ੍ਰਧਾਨ ਮੰਤਰੀ ਸਾਹਿਬ ਨੇ ਪੁਲਿਸ ਪ੍ਰਸ਼ਾਸਨ ਦਾ, ਡਾਕਟਰਾਂ ਦਾ, ਹੈਲਥ ਡਿਪਾਰਟਮੈਂਟ ਦਾ ਅਤੇ ਸਿਵਲ ਪ੍ਰਸ਼ਾਸਨ ਦੇ ਅਧਿਕਾਰੀਆਂ ਦਾ, ਕਰਮਚਾਰੀਆਂ ਦਾ ਧੰਨਵਾਦ ਕੀਤਾ, ਸਫਾਈ ਕਰਮਚਾਰੀਆਂ ਦਾ ਧੰਨਵਾਦ ਕੀਤਾ, ਪਰ ਮੀਡੀਆ ਪਰਸਨ ਦਾ ਕਿਤੇ ਵੀ ਧੰਨਵਾਦ ਨਹੀਂ ਕੀਤਾ ਗਿਆ। ਜਦੋਂ ਕਿ ਮੀਡੀਆ ਵਾਲੇ ਵੀ ਆਪਣੀ ਜਾਨ ਤਲੀ 'ਤੇ ਰੱਖ ਕੇ ਕਵਰੇਜ ਕਰਦੇ ਹਨ ਅਤੇ ਸਰਕਾਰੀ ਕਵਰੇਜ, ਲੋਕਾਂ ਦੀ ਕਵਰੇਜ ਲੋਕਾਂ ਤੱਕ ਪਹੁੰਚਾਉਂਦੇ ਨੇ, ਅਤੇ ਇਸ ਕਰਕੇ ਅੱਜ ਅਸੀਂ ਮੀਟਿੰਗ ਕੀਤੀ ਹੈ। ਉਹਦੇ ਵਿੱਚ ਇਹ ਫੈਸਲਾ ਲਿਆ ਗਿਆ ਹੈ ਵੀ ਮੀਡੀਆ ਨੂੰ ਵੀ ਥਾਂ ਦਿੱਤੀ ਜਾਵੇ। ਇਸੇ ਤਰ੍ਹਾਂ ਹੀ ਪੰਜਾਬ ਸਰਕਾਰ ਵੱਲੋਂ ਸਰਕਾਰੀ ਕਰਮਚਾਰੀਆਂ ਦਾ, ਹੈਲਥ ਡਿਪਾਰਟਮੈਂਟ ਦਾ, ਪੁਲਿਸ ਪ੍ਰਸ਼ਾਸਨ ਦਾ 50 ਲੱਖ ਦਾ ਬੀਮਾ ਕੀਤਾ ਗਿਆ, ਪਰ ਕਿਤੇ ਵੀ ਮੀਡੀਆ ਦਾ ਨਾਂ ਕਿਤੇ ਨਹੀਂ ਆਇਆ। ਇਸ ਕਰਕੇ ਸਾਡੀ ਪੰਜਾਬ ਸਰਕਾਰ ਕੋਲੋਂ ਵੀ ਮੰਗ ਆ ਕਿ ਮੀਡੀਆ ਕਰਮੀਆਂ ਨੂੰ, ਚਾਹੇ ਉਹ ਪ੍ਰਿੰਟ ਮੀਡੀਆ ਵਾ, ਚਾਹੇ ਉਹ ਇਲੈਕਟ੍ਰੋਨਿਕ ਮੀਡੀਆ ਵਾ, ਜਿਹੜੇ ਵੀ ਕੰਮ ਕਰਦੇ ਨੇ ਕਰਮਚਾਰੀ ਬਿਨਾਂ ਤਨਖਾਹ ਤੋਂ ਕੰਮ ਕਰਦੇ ਨੇ ਅਤੇ ਸੇਵਾ ਸਮਝ ਕੇ ਕੰਮ ਕਰ ਰਹੇ ਨੇ, ਅਤੇ ਸਰਕਾਰ ਦਾ ਫਰਜ਼ ਬਣਦਾ ਹੈ ਵੀ ਇਹਨਾਂ ਦਾ ਕੁਛ ਸੋਚੇ। ਜੀ, ਸਾਡੇ ਨਾਲ ਹੋਰ ਵੀ ਨੇ। ਹਾਂਜੀ, ਤੁਸੀਂ ਦੱਸੋ ਜੀ ਕੀ ਮਸਲਾ ਆ ਅਤੇ ਕਿਹੜੀ ਗੱਲਾਂ ਜਿਹੜੀ ਹੈ ਮੀਟਿੰਗ ਕੀਤੀ? ਮੈਂ ਜੀ ਰਮੇਸ਼ ਸ਼ਰਮਾ, ਡੇਰਾ ਬਾਬਾ ਨਾਨਕ ਤੋਂ ਨਵਾਂ ਜ਼ਮਾਨਾ ਅਖਬਾਰ ਦੀ ਪੱਤਰਕਾਰੀ ਕਰਦਾ ਹਾਂ। ਕਰੀਬ ਪਿਛਲੇ 20 ਸਾਲ ਤੋਂ ਇਸ ਪੱਤਰਕਾਰੀ ਖੇਤਰ ਦੇ ਨਾਲ ਜੁੜਿਆ। ਬੜੇ ਦੁੱਖ ਦੀ ਗੱਲ ਹੋਈ ਹੈ ਕਿ ਅੱਜ ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ, ਭਾਜਪਾ ਜੋ BJP ਹੈ ਉਹਨਾਂ ਦਾ ਪਾਰਟੀ ਹੈ, ਉਹਦਾ ਦਿਵਸ ਮਨਾ ਰਹੀ ਸੀ ਅਤੇ ਪ੍ਰਧਾਨ ਮੰਤਰੀ ਜੀ ਆਪਣੇ ਵਰਕਰਾਂ ਨੂੰ ਸੰਬੋਧਨ ਕਰ ਰਹੇ ਸੀ। ਉਸ ਸੰਬੋਧਨ ਵਿੱਚ ਪ੍ਰਧਾਨ ਮੰਤਰੀ ਜੀ ਨੇ 5 ਗੱਲਾਂ ਅਜਿਹੀਆਂ ਕਹੀਆਂ ਕਿ ਠੀਕ ਆ, ਫੀਲਡ ਵਿੱਚ ਨਰਸਾਂ ਦਾ ਵੀ ਸਹਿਯੋਗ ਉਨਾ ਹੀ ਆ। ਇਹ ਕੋਰੋਨਾ ਵਾਇਰਸ ਦੀ ਬਿਮਾਰੀ ਜਿਹੜੀ ਹੈ ਇਹ ਕੁਦਰਤੀ ਆਫਤ ਨਹੀਂ, ਬਲਕਿ ਕਿਸੇ ਦੇਸ਼ ਵੱਲੋਂ ਫੈਲਾਈ ਗਈ ਆ। ਉਹਦੇ ਖਿਲਾਫ ਜਿਹੜਾ ਜੰਗ ਦੇ ਵਿੱਚ ਇੱਕ ਫੌਜੀ ਦੀ ਤਰ੍ਹਾਂ ਲੜਾਈ ਕਰ ਰਹੇ ਨੇ, ਉਹਦੇ ਵਿੱਚ ਨਰਸਾਂ ਵੀ ਨੇ, ਪੰਜਾਬ ਪੁਲਿਸ ਦੇ ਜਵਾਨ ਵੀ ਨੇ, ਪੈਰਾਮਿਲਟਰੀ ਫੋਰਸਿਸ ਵੀ ਨੇ, ਉਹਦੇ ਵਿੱਚ ਸਭ ਤੋਂ ਮੈਂ ਕਹਾਂਗਾ ਜੀ ਪੱਤਰਕਾਰ ਜਿਹੜੇ, ਇਹ ਜਿੰਨੇ ਵੀ ਮੁਲਾਜ਼ਮ ਜਥੇਬੰਦੀਆਂ ਬਹੁਤ ਹੀ ਸਤਿਕਾਰਯੋਗ ਨੇ। ਜੇ ਅਗਰ ਕਿਸੇ ਸਰਕਾਰ ਨੇ ਉਹਨਾਂ ਨੂੰ ਜੇ ਬੀਮੇ ਦੇਣ ਦੀ ਗੱਲ ਕੀਤੀ ਆ ਜਾਂ ਉਹਨਾਂ ਦਾ ਹੌਸਲਾ ਅਫਜਾਈ ਕਰਨ ਦੀ ਗੱਲ ਕੀਤੀ ਆ, ਤਾਂ ਬਹੁਤ ਹੀ ਸ਼ਲਾਘਾਯੋਗ ਕਦਮ ਆ, ਅਸੀਂ ਉਹਦਾ ਸਤਿਕਾਰ ਕਰਦੇ ਹਾਂ। ਅਸੀਂ ਆਪਣੇ ਦਿਲ ਦੀਆਂ ਗਹਿਰਾਈਆਂ ਤੋਂ ਪ੍ਰਧਾਨ ਮੰਤਰੀ ਜੀ ਦਾ ਧੰਨਵਾਦ ਕਰਦੇ ਹਾਂ ਕਿ ਤੁਸੀਂ ਇਹਨਾਂ ਜੋ ਸਮਾਜ ਦੇ ਵਿੱਚ
ਲੋਕਾਂ ਦੇ ਹੱਕ ਵਿੱਚ ਜਾਂ ਲੋਕਾਂ ਦੇ ਹਿੱਤਾਂ ਲਈ ਕੰਮ ਕਰਦੇ ਦਿਨ ਰਾਤ ਮਿਹਨਤ ਕਰਕੇ, ਚਾਹੇ ਉਹ ਸਫਾਈ ਕਰਮਚਾਰੀ ਆ, ਚਾਹੇ ਬੈਂਕਾਂ ਦੇ ਮੁਲਾਜ਼ਮ ਆ, ਚਾਹੇ ਫੀਲਡ ਵਿੱਚ ਕੰਮ ਕਰਦੇ ਪੰਜਾਬ ਪੁਲਿਸ ਦੇ ਮੁਲਾਜ਼ਮ ਆ, ਚਾਹੇ ਹੈਲਥ ਡਿਪਾਰਟਮੈਂਟ ਦੇ, ਨਰਸਿੰਗ ਦੇ ਡਿਪਾਰਟਮੈਂਟ ਦੇ ਆ, ਚਾਹੇ SDM ਆਫਿਸ ਦੇ, ਕੋਈ ਵੀ। ਅੱਜ ਪ੍ਰਧਾਨ ਮੰਤਰੀ ਜੀ ਨੇ 5 ਗੱਲਾਂ ਕਹੀਆਂ ਕਿ ਪਹਿਲਾਂ ਤੁਸੀਂ ਸਭ ਤੋਂ ਪਹਿਲਾਂ ਨਰਸਾਂ ਔਰ ਡਾਕਟਰਾਂ ਦਾ ਧੰਨਵਾਦ ਕਰੋ, 2 ਨੰਬਰ 'ਤੇ ਤੁਸੀਂ ਸਫਾਈ ਕਰਮਚਾਰੀਆਂ ਦਾ ਧੰਨਵਾਦ ਕਰੋ, 3 ਨੰਬਰ 'ਤੇ ਤੁਸੀਂ ਬੈਂਕ ਅਤੇ ਡਾਕਖਾਨਿਆਂ ਦੇ ਵਿੱਚ ਜਿਹੜੇ ਕਰਮਚਾਰੀ ਕੰਮ ਕਰਦੇ ਆ ਉਹਨਾਂ ਦਾ ਧੰਨਵਾਦ ਕਰੋ, 4 ਨੰਬਰ 'ਤੇ ਤੁਸੀਂ ਪੁਲਿਸ ਮੁਲਾਜ਼ਮਾਂ ਦਾ ਧੰਨਵਾਦ ਕਰੋ, 5 ਨੰਬਰ 'ਤੇ ਸਿਵਲ ਐਡਮਿਨਿਸਟ੍ਰੇਸ਼ਨ ਦੇ ਵਿੱਚ ਜਿਹੜੇ ਕੰਮ ਕਰ ਰਹੇ ਮੁਲਾਜ਼ਮ ਜਿਹੜੇ ਨੇ ਉਹਨਾਂ ਦਾ ਧੰਨਵਾਦ ਕਰੋ। ਬਹੁਤ ਹੀ ਸਤਿਕਾਰਯੋਗ ਗੱਲ ਆ, ਅਸੀਂ ਵੀ ਉਹਦਾ ਦਿਲ ਦੀਆਂ ਗਹਿਰਾਈਆਂ ਤੋਂ ਸਵਾਗਤ ਕਰਦੇ ਹਾਂ, ਪਰ ਬੜੇ ਦੁੱਖ ਦੀ ਗੱਲ ਆ ਕਿ ਅੱਜ ਕੋਰੋਨਾ ਵਾਇਰਸ ਦੀ ਲੜਾਈ ਦੇ ਵਿੱਚ ਸਭ ਤੋਂ ਨਿਰਪੱਖ ਅਤੇ ਆਪਣੀਆਂ ਜਾਨਾਂ ਤਲੀ 'ਤੇ ਧਰ ਕੇ ਜਿਹੜਾ ਪੱਤਰਕਾਰਾ ਭਾਈਚਾਰਾ ਵਾ ਉਹ ਫੀਲਡ ਵਿੱਚ ਇੱਕ ਫੌਜੀ ਦੇ ਵਿੱਚ ਜਿਸ ਤਰ੍ਹਾਂ ਫੌਜੀ ਜੰਗ ਦੇ ਵਿੱਚ ਲੜਦਾ ਹੈ, ਉਸ ਤਰ੍ਹਾਂ ਹੀ ਇਹ ਪੱਤਰਕਾਰ ਵੀ ਇਹ ਕੋਰੋਨਾ ਵਾਇਰਸ ਦੇ ਖਿਲਾਫ ਜਿਹੜੀ ਲੜਾਈ ਚੱਲ ਰਹੀ ਹੈ ਉਸ ਦੇ ਖਿਲਾਫ ਲੜ ਰਿਹਾ ਹੈ। ਪਰ ਪ੍ਰਧਾਨ ਮੰਤਰੀ ਜੀ ਨੇ ਇਹਨੂੰ ਕਿਤੇ ਵੀ ਸ਼ੁਕਰੀਆ ਜਾਂ ਕਿਸੇ ਨੂੰ ਇਹ ਨਹੀਂ ਕਿਹਾ ਕਿ ਇਹਨਾਂ ਦਾ ਵੀ ਧੰਨਵਾਦ ਆ। ਇਹ ਮੀਡੀਆ ਨੂੰ ਇੱਕ ਬੰਨੇ 'ਤੇ ਕਿਹਾ ਜਾਂਦਾ ਕਿ ਚੌਥਾ ਥੰਮ ਹੈ, ਪਰ ਜਦੋਂ ਗੱਲ ਆਉਂਦੀ ਹੈ ਕਿਤੇ ਚਾਹੇ ਉਹ ਐਡਮਿਨਿਸਟ੍ਰੇਸ਼ਨ ਹੋਵੇ ਚਾਹੇ ਉਹ ਪ੍ਰਧਾਨ ਮੰਤਰੀ ਜੀ ਹੋਣ, ਇਹਨਾਂ ਨੂੰ ਅੱਖੋਂ ਪਰਖੇ ਕੀਤੇ ਕਰਕੇ ਅਤੇ ਇਹਨਾਂ ਨੂੰ ਨਜ਼ਰਅੰਦਾਜ਼ ਕੀਤਾ ਜਾਂਦਾ। ਮੰਗ ਕੀ ਹੈ ਤੁਹਾਡੀ, ਮੰਗ ਕੀ ਰੱਖੀ ਹੈ, ਤੁਸੀਂ ਕੀ ਮੰਗ ਕਰਦੇ? ਸਾਡੀ ਮੰਗ ਹੈ ਜੀ, ਜਿਸ ਤਰ੍ਹਾਂ ਕੈਪਟਨ ਅਮਰਿੰਦਰ ਸਿੰਘ ਜੀ ਨੇ ਕੱਲ੍ਹ ਰਾਤੀਂ ਅਨਾਊਂਸ ਕੀਤਾ ਸੀ ਕਿ ਪੰਜਾਬ ਪੁਲਿਸ ਦੇ ਵਿੱਚ ਕੰਮ ਕਰਦੇ ਸਮੂਹ ਮੁਲਾਜ਼ਮਾਂ ਦਾ 50 ਲੱਖ ਦਾ ਜਿਹੜਾ ਬੀਮਾ ਵਾ ਉਹਨਾਂ ਨੂੰ ਜੇ ਫੀਲਡ ਦੇ ਵਿੱਚ ਕੰਮ ਕਰਦਿਆਂ ਕੋਈ ਪ੍ਰੋਬਲਮ ਆ ਜਾਂਦੀ ਤਾਂ 50 ਲੱਖ ਉਹਦੇ ਵਾਰਸਣ ਦਿੱਤਾ ਜਾਵੇਗਾ। ਸਾਡੀ ਇਹ ਮੰਗ ਹੈ ਪੰਜਾਬ ਸਰਕਾਰ ਤੋਂ ਕਿ ਜਿੱਥੇ ਤੁਸੀਂ 50 ਲੱਖ ਦਾ ਬੀਮਾ ਉਹਨਾਂ ਦਾ ਕੀਤਾ ਹੈ, ਬਹੁਤ ਹੀ ਸਤਿਕਾਰਯੋਗ ਹੈ, ਸਲਾਹੁਣਯੋਗ ਹੈ, ਪਰ ਉੱਥੇ ਇਹ ਪੱਤਰਕਾਰ ਜਿਹੜੇ ਬਿਨਾਂ ਤਨਖਾਹ ਆਪਣੇ ਘਰ ਛੱਡ ਕੇ ਜਿਨ੍ਹਾਂ ਦਾ ਗੁਜ਼ਾਰਾ ਜਿਸ ਪਰਿਵਾਰ ਦਾ ਗੁਜ਼ਾਰਾ ਇਸ ਪੱਤਰਕਾਰ ਦੇ ਸਿਰ 'ਤੇ ਹੈ ਉਹ ਆਪਣੇ ਘਰ ਵੀ ਛੱਡਦਾ ਹੈ ਅਤੇ ਪੱਤਰਕਾਰੀ ਦੇ ਖੇਤਰ ਵਿੱਚ ਲੋਕਾਂ ਦੇ ਕੰਮ ਵੀ ਕਰਦਾ ਹੈ, ਇਹਨੂੰ ਵੀ 50 ਲੱਖ ਦੇ ਉਸ ਬੀਮੇ ਦੀ ਜਿਹੜੀ ਰਕਮ ਹੈ ਉਹਦੇ ਵਿੱਚ ਲਿਆਂਦਾ ਜਾਵੇ। ਉਹਦੇ ਵਿੱਚ ਚਾਹੇ ਉਹ ਪ੍ਰਿੰਟ ਮੀਡੀਆ ਵਾਲਾ ਹੋਵੇ ਚਾਹੇ ਇਲੈਕਟ੍ਰੋਨਿਕ ਮੀਡੀਆ ਵਾਲਾ ਹੋਵੇ, ਜਿਹੜਾ ਵੀ ਫੀਲਡ ਵਿੱਚ ਪੱਤਰਕਾਰ ਕੰਮ ਕਰਦਾ ਹੈ ਉਸ ਨੂੰ 50 ਲੱਖ ਰੁਪਏ ਦਾ ਜੋ ਹੈ ਉਹ ਦਿੱਤਾ ਜਾਵੇ, ਬੀਮਾ ਦਿੱਤਾ ਜਾਵੇ। ਜੀ ਜੀ, ਬਹੁਤ ਬਹੁਤ ਧੰਨਵਾਦ ਜੀ। ਹੋਰ ਵੀ ਨੇ ਸਾਡੇ ਨਾਲ ਡੇਰਾ ਬਾਬਾ ਨਾਨਕ ਤੋਂ, ਉਹਨਾਂ ਨਾਲ ਵੀ ਗੱਲਬਾਤ ਕਰ ਲੈਂਦੇ ਹਾਂ ਜੀ। ਤੁਸੀਂ ਦੱਸੋ ਜੀ ਤੁਹਾਡੀ ਕੀ ਮੰਗ ਹੈ? ਮੈਂ ਵਿਪਨ ਸੋਨੀ, ਚੇਅਰਮੈਨ ਰਿਪੋਰਟਰ ਐਸੋਸੀਏਸ਼ਨ ਪੰਜਾਬ। ਸਭ ਤੋਂ ਪਹਿਲਾਂ ਤਾਂ ਮੈਂ ਧੰਨਵਾਦ ਕਰਾਂਗਾ ਸ਼੍ਰੀ ਨਰਿੰਦਰ ਮੋਦੀ ਜੀ, ਦੇਸ਼ ਦੇ ਪ੍ਰਧਾਨ ਮੰਤਰੀ ਅਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਦਾ, ਜਿਹੜੇ ਬਹੁਤ ਹੀ ਵਧੀਆ ਢੰਗ ਦੇ ਸੁਚਾਰੂ ਢੰਗ ਨਾਲ ਲੋਕਡਾਊਨ ਦੀ ਚੇਨ ਨੂੰ ਚਲਾ ਰਹੇ ਹਨ। ਇਹ ਜਿਹੜਾ ਕੋਰੋਨਾ ਵਾਇਰਸ ਹੈ ਪੂਰੀ ਦੁਨੀਆ ਦੇ ਵਿੱਚ ਫੈਲਿਆ ਹੋਇਆ ਹੈ, ਪਰ ਹਿੰਦੁਸਤਾਨ ਦੇ ਵਿੱਚ ਜੋ ਵੀ ਉਹ ਇਹ ਲੋਕਡਾਊਨ ਦੀ ਚੇਨ ਚਲਾ ਰਹੇ ਹਨ, ਅਸੀਂ ਸਾਡੀ ਇਹ ਮੰਗ ਹੈ ਕਿ ਪਹਿਲਾਂ ਤਾਂ ਜਿਹੜੇ ਜ਼ਰੂਰਤਮੰਦ ਲੋਕ ਨੇ, ਜ਼ਰੂਰਤਮੰਦ ਗਰੀਬ ਪਰਿਵਾਰ, ਉਹਨਾਂ ਦੇ ਘਰ ਘਰ ਰਾਸ਼ਨ ਪਹੁੰਚਾਇਆ ਜਾਏ, ਕਿਉਂਕਿ ਜ਼ਿਆਦਾਤਰ ਜਿਹੜੇ ਗਰੀਬ ਲੋਕ ਹਨ ਉਹ ਦਿਹਾੜੀਦਾਰ ਹਨ, ਸਵੇਰੇ ਆ ਕੇ ਸ਼ਾਮ ਨੂੰ 300-400 ਰੁਪਇਆ ਦਿਹਾੜੀ ਲੈ ਕੇ ਅਤੇ ਆਪਣੇ ਟੱਬਰ ਨੂੰ ਪਾਲਦੇ ਹਨ, ਪਰ ਉਹਨਾਂ ਦਾ ਗੁਜ਼ਾਰਾ ਹੁਣ ਹੋਣਾ ਮੁਸ਼ਕਲ ਹੈ। ਲੋਕਡਾਊਨ ਦੀ ਚੇਨ ਉਹ ਚਲਾਉਣ, ਆਪਾਂ ਇਸ ਗੱਲ ਦੇ ਖਿਲਾਫ ਨਹੀਂ, ਪਰ ਉਹਨਾਂ ਲੋਕਾਂ ਦਾ ਵੀ ਧਿਆਨ ਰੱਖਿਆ ਜਾਏ। ਹੁਣ ਮੈਂ ਮੁੱਦੇ ਦੀ ਗੱਲ ਇਹ ਵੀ ਕਰਾਂਗਾ ਪੱਤਰਕਾਰਾਂ ਦੀ। ਪੱਤਰਕਾਰਾਂ ਦੇ ਹੱਕ ਵਿੱਚ ਰਿਪੋਰਟਰ ਐਸੋਸੀਏਸ਼ਨ ਪੰਜਾਬ ਹਮੇਸ਼ਾ ਹੀ ਖਲੋਤੀ ਹੈ ਅਤੇ ਖਲੋਤੀ ਰਹੇਗੀ। ਇਹ ਹੁਣ ਪਿੱਛੇ ਕੱਲ੍ਹ ਬਿਆਨ ਆਇਆ 50 ਲੱਖ ਦੇ ਬੀਮੇ ਦਾ ਕੈਪਟਨ ਅਮਰਿੰਦਰ ਸਿੰਘ ਜੀ ਦਾ, ਅਸੀਂ ਸ਼ਲਾਘਾ ਕਰਦੇ ਹਾਂ ਪੰਜਾਬ ਪੁਲਿਸ ਦੀ, ਅਸੀਂ ਕਿ ਉਹ ਬਹੁਤ ਵਧੀਆ ਕੰਮ ਕਰ ਰਹੀ ਹੈ। ਅਸੀਂ ਮੰਗ ਕਰਦੇ ਹਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਕੋਲੋਂ ਕਿ ਜਿਹੜੇ ਮੀਡੀਆ ਕਰਮੀ ਹਨ ਫੀਲਡ ਵਿੱਚ ਕੰਮ ਕਰਦੇ ਹਨ ਦਿਨ ਰਾਤ, ਉਹ ਚਾਹੇ ਇਲੈਕਟ੍ਰੋਨਿਕ ਮੀਡੀਆ ਦੇ, ਚਾਹੇ ਪ੍ਰਿੰਟ ਮੀਡੀਆ ਦੇ ਹੈ, ਅਖਬਾਰਾਂ ਦੇ ਵਿੱਚ ਹੈ, ਉਹ ਆਪਣੀ ਜਾਨ ਹੱਥ 'ਤੇ ਰੱਖ ਕੇ ਬਾਹਰ ਨਿਕਲਦੇ ਹਨ, ਘਰਦਿਆਂ ਦੀ ਬਗਾਵਤ ਵੀ ਸਹਿੰਦੇ ਹਨ, ਬਾਹਰੋਂ ਹੋ ਕੇ ਉਹ ਘਰ ਵੀ ਜਾਂਦੇ ਹਨ, ਉਹਨਾਂ ਦੇ ਵੀ ਬੱਚੇ ਹਨ।
ਉਹਨਾਂ ਦੇ ਅਸੀਂ ਅਸੀਂ ਕਿਸੇ ਦੇ ਖਿਲਾਫ ਨਹੀਂ ਕਿ ਤੁਸੀਂ ਬੀਮੇ ਉਹਨਾਂ ਦੇ ਕਿਉਂ ਕਰੋ, ਠੀਕ ਹੈ ਵਧੀਆ ਗੱਲ ਹੈ, ਪਰ ਪੱਤਰਕਾਰਾਂ ਦਾ ਧਿਆਨ ਜ਼ਰੂਰ ਰੱਖੋ। ਉਹਦੇ ਵਿੱਚ ਸਾਰੇ ਪੱਤਰਕਾਰ ਆਉਣੇ ਚਾਹੀਦੇ ਹਨ। ਪੰਜਾਬ ਸਰਕਾਰ ਅੱਗੇ ਹੱਥ ਜੋੜ ਕੇ ਬੇਨਤੀ ਹੈ ਮੈਂ ਕਰ ਰਿਹਾ ਕਿ ਜਿਹੜੇ ਵੀ ਫੀਲਡ ਵਿੱਚ ਪ੍ਰਿੰਟ ਮੀਡੀਆ, ਇਲੈਕਟ੍ਰੋਨਿਕ ਮੀਡੀਆ, ਅਖਬਾਰਾਂ ਦੇ ਜਿਹੜੇ ਵੀ ਜਿੰਨੇ ਵੀ ਪੱਤਰਕਾਰ ਹਨ, ਇਹ ਜੈਲੋ ਕਾਰਡ ਦਾ ਪੰਗਾ ਨਾ ਵਿੱਚ ਪਾਇਆ ਜਾਏ। ਇਹ ਪਹਿਲਾਂ ਵੀ ਕਈ ਵਾਰੀ ਪਿਆ ਹੈ, ਸਾਡੀ ਰਿਪੋਰਟਰ ਐਸ਼ਨ ਇਸ ਦੇ ਖਿਲਾਫ਼ ਹੈ, ਅਸੀਂ ਖਿਲਾਫ਼ ਰਹਾਂਗੇ। ਜੈਲੋ ਕਾਰਡ ਠੀਕ ਹੈ, ਬਣੇ ਹੈ, ਬਣੇ ਰਹਿਣ, ਬਣਦੇ ਰਹਿਣ ਜ਼ਰੂਰ, ਪਰ ਇਸ ਦੇ ਨਾਲ ਸਾਰੇ ਪੱਤਰਕਾਰਾਂ ਨੂੰ ਲਿਆ ਜਾਏ ਜਿਹੜੇ ਫੀਲਡ ਵਿੱਚ ਕੰਮ ਕਰਦੇ ਹਨ। ਠੀਕ ਹੈ ਜੀ, ਧੰਨਵਾਦ, ਥੈਂਕ ਯੂ ਜੀ। ਤੁਸੀਂ ਸਾਫ਼ ਤੌਰ 'ਤੇ ਵੇਖ ਸਕਦੇ ਹੋ ਕਿ ਕਿਤੇ ਨਾ ਕਿਤੇ ਜੇਕਰ ਆਪਾਂ ਗੱਲ ਕਰੀਏ ਤਾਂ ਪ੍ਰਧਾਨ ਮੰਤਰੀ ਦੇ ਵੱਲੋਂ ਵੀ ਜਿਹੜੇ ਸੰਬੋਧਨ ਕੀਤੇ ਜਾਂਦੇ ਨੇ, ਪਰ ਕਿਤੇ ਵੀ ਪੱਤਰਕਾਰਾਂ ਦਾ ਧੰਨਵਾਦ ਨਹੀਂ ਕੀਤਾ ਜਾਂਦਾ, ਕਿਉਂਕਿ ਕਿਤੇ ਨਾ ਕਿਤੇ ਮੈਂ ਵੀ ਪੱਤਰਕਾਰ ਹਾਂ, ਮੈਨੂੰ ਵੀ ਮਹਿਸੂਸ ਹੁੰਦਾ, ਮੈਂ ਵੀ ਕੰਮ ਕਰਦਾ, ਅਤੇ ਮੇਰੀ ਵੀ ਜਿਹੜੀ ਸੋਚ ਹੁੰਦੀ ਹੈ ਕਿਤੇ ਨਾ ਕਿਤੇ ਕੋਈ ਹੌਸਲਾ ਅਫਜ਼ਾਈ ਕਰੇ ਤਾਂ ਮੈਂ ਵੱਧ ਚੜ੍ਹ ਕੇ ਲੋਕਾਂ ਦੀ ਸੇਵਾ ਕਰਾਂ, ਪਰ ਅਜਿਹਾ ਨਹੀਂ ਹੋ ਰਿਹਾ। ਹੁਣ ਲੋੜ ਹੈ ਸਰਕਾਰਾਂ ਨੂੰ ਵੀ ਪੱਤਰਕਾਰਾਂ ਦੇ ਬਾਰੇ ਸੋਚਣ ਦੀ, ਤਾਂ ਕਿ ਇਹ ਵੀ ਪੱਤਰਕਾਰ ਜਿਹੜੇ ਆਪਣੀਆਂ ਜਾਨਾਂ ਮੁਸ਼ਕਲ ਦੇ ਵਿੱਚ ਨਾ ਪਾ ਕੇ ਉਹਨਾਂ ਦੇ ਜਿਹੜਾ ਕੰਮ ਨੂੰ ਆਪਣੇ ਨੂੰ ਅੱਗੇ ਵਧਾ ਸਕਣ।